ਦੋਸਤੋ ਇਹ ਤੁਹਾਨੂੰ ਦਿਖਾ ਰਿਹਾ ਸਹਿਵਾਲ ਨਸਲ, ਸਹਿਵਾਲ ਨਸਲ ਦੀਆਂ ਜਿਹੜੀਆਂ ਵੱਛੀਆਂ ਨੇ ਉਹਨਾਂ ਦੀ, ਅਤੇ ਜਿਹੜੇ ਲੈ ਕੇ ਆਏ ਨੇ ਵਪਾਰੀ ਉਹਨਾਂ ਨਾਲ ਵੀ ਗੱਲ ਕਰਦੇ ਜੀ। ਸਲਾਮ ਅਲੈਕੁਮ ਸਰ। ਸਲਾਮ ਜੀ ਭਾਈ, ਆਪਣਾ ਨਾਮ ਕੀ ਹੈ? ਸ਼ਬੀਰ ਰਾਮ ਜੀ। ਹਾਂਜੀ, ਸ਼ਬੀਰ ਰਾਮ। ਠੀਕ ਹੋ ਗਿਆ। ਅੱਛਾ ਸਰ, ਕਿੰਨੇ ਜਾਨਵਰ ਲੈ ਕੇ ਆਏ ਤੁਸੀਂ? ਅਸੀਂ ਡੰਗਰ ਤਾਂ ਹੈ ਨਾ, 45-50 ਡੰਗਰ ਹੈ ਆਪਣੇ ਕੋਲ ਸਰ। ਸਹਿਵਾਲ ਦੇ ਨੇ? ਹਾਂ, ਸਹਿਵਾਲ ਦੇ। ਅੱਛਾ, ਇਹ ਜਿਹੜੀ ਵੱਛੀ ਹੈ ਸਾਹਮਣੇ ਖੜੀ, ਹਾਂਜੀ ਹਾਂਜੀ, ਇਹਦੀ ਉਮਰ ਕਿੰਨੀ ਹੈ? ਇਹਦੀ ਉਮਰ ਲੈ ਗਈ 2 ਸਾਲ। ਇਹ 2 ਸਾਲ ਦੀ ਹੈ? ਹਾਂਜੀ, 2 ਸਾਲ ਖੀਰੀ ਵੱਛੀ ਦੀ। ਖੀਰੀ ਵੱਛੀ ਆ। ਇਹਦਾ ਵਜ਼ਨ ਕਿੰਨਾ ਹੋ ਸਕਦਾ? ਉਹਦਾ 3 ਮਣ ਦਾ ਹੈ। 3 ਮਣ ਵੱਛੀ ਹੈ ਜੀ। ਅੱਛਾ, ਇਹ 3 ਮਣ। ਹਾਂਜੀ। ਇਹਦਾ ਸਰ ਕੀ ਮੰਗ ਰਹੇ ਹੋ ਤੁਸੀਂ? ਇਹਦਾ ਜੀ 65,000 ਰੁਪਏ ਮੰਗ ਰਹੇ ਹਾਂ। 65,000? ਹਾਂਜੀ। ਲੱਗਿਆ ਕਿੰਨਾ? ਇੱਥੇ ਲੱਗਦਾ ਤਾਂ 55-56 ਪਿਆ ਹੈ ਆਰਦੀ ਤੌਰ ਤਾਂ। ਕਿੰਨੇ 'ਚ ਦੇਣੀ ਹੈ? ਬਸ ਜਿੰਨੇ ਦੀ ਹੋਵੇ ਲੈ ਜਾਓ ਜੀ। ਜਿੰਨੇ 'ਚ ਵੀ ਹੋ? ਚੋਲਸਤਾਨੀ। ਇਹਦਾ ਕੀ ਮੰਗ ਰਹੇ ਹੋ ਤੁਸੀਂ? ਕਿਹੜਾ? ਇਸਦਾ? ਇਹਦਾ 65,000 ਰੁਪਏ। 65,000 ਜੀ। ਲੱਗਿਆ ਕਿ ਨਹੀਂ ਲੱਗਿਆ? ਨਹੀਂ ਜੀ, ਇਹਦੀ ਤਾਂ 50,000 52,000 ਰੁਪਏ, 50-52 ਲੱਗਦਾ ਪਿਆ ਜੀ। ਅੱਛਾ, ਤੇ ਇਹ ਜਿਹੜੀ ਮਸ਼ਲਾ ਵੱਛੀ ਹੈ ਇੱਕ ਬੜੀ ਪਿਆਰੀ ਹੈ ਸਫੈਦ ਕਲਰ ਦੀ। ਹਾਂਜੀ ਹਾਂਜੀ। ਇਹਦਾ ਕੀ ਮੰਗ ਰਹੇ ਹੋ? ਕਿਹੜਾ? ਇਹ ਜਿਹੜੀ ਸਾਹਮਣੇ? ਹਾਂ, ਇਹਦਾ ਜੀ ਮੰਗਦੇ ਤੇ ਪਾਇਆ ਗਿਆ ਜੀ ਵੱਛੀ ਦਾ 65,000 ਰੁਪਏ। ਇਹ ਕਿਹੜੀ ਨਸਲ ਆ? ਇਹ ਵੀ ਚੋਲਸਤਾਨੀ। ਇਹ ਵੀ ਚੋਲਸਤਾਨੀ? ਹਾਂਜੀ। ਕੋਈ ਵੇਚੇ ਵੀ ਨੀ ਜਾਨਵਰ ਹਜੇ? ਨਹੀਂ, ਕੋਈ ਨੀ ਵਿਕਿਆ ਜੀ ਪਿੱਛੇ। ਅੱਛਾ, ਹਜੇ ਵਿਕਿਆ ਕੋਈ ਵੀ ਨਹੀਂ? ਟੋਟਲ ਕਿੰਨੇ ਲੈ ਗਿਆ ਸੀ ਸੁਬਾ? 45 ਨਾਗ। ਹਾਂ ਹਾਂ, ਤੁਸੀਂ ਦੱਸਿਆ ਅੱਗੇ ਵੀ 45 ਨਾਗ। ਠੀਕ ਹੋ ਗਿਆ। 45 ਚੋਂ ਹਜੇ ਇੱਕ ਵੀ ਨਹੀਂ ਵੇਚਿਆ? ਤੇ ਮੰਡੀ ਦਾ ਅੱਜ ਕਿੱਦਾਂ ਦਾ ਟ੍ਰੈਂਡ ਹੈ? ਕੋਈ ਤੇਜ਼ ਆ, ਮੱਠੀ ਆ, ਕਿੱਦਾਂ ਦੀ ਆ? ਵਾਹ ਜੀ, ਇਹ ਵੀ ਤੁਹਾਡੇ ਨੇ? ਹਾਂ, ਆਪਣੇ ਭਾਈ ਜੀ। ਅੱਛਾ, ਉਧਰ ਖਦਾਨ ਤਾਂ ਇਹ ਲੈ ਗਏ ਹੈ? ਇਹ ਵਿੱਚ ਵੀਡੀਓ ਬਣਾ ਤੇ ਬੱਚੇ ਤੇ ਲੈ ਜਾ ਮੇਰੇ ਗਾਹਕ ਆਏ ਕੋਈ। ਡੰਗਰ ਤੇ ਲੈ ਆਇਆ ਸੀ ਭਾਈ, ਪਕੜ ਲਾ ਇੱਥੇ ਨਜ਼ਦੀਕ ਕਰ, ਨਜ਼ਦੀਕ ਕਰਕੇ ਭਾਈ ਡੰਗਰ ਲੈ ਆਇਆ। ਅੱਛਾ, ਆਪਣਾ ਪਹਿਲੇ ਨਾਮ ਦੱਸਣਾ? ਨਿਆਜ਼। ਤੁਸੀਂ ਦੋਵੇਂ ਭਾਈ ਹੋ? ਪਤਰੇਰ ਹੈ ਮੇਰਾ। ਠੀਕ ਹੋ ਗਿਆ। ਚਾਚੇ ਦੇ ਆਏ। ਤੁਸੀਂ ਕਿੰਨੇ ਲੈ ਕੇ ਆਏ ਜਾਨਵਰ? ਅਸੀਂ ਤਾਂ ਡੰਗਰ ਤਾਂ 28 ਲੈ ਕੇ ਆਏ, ਬਾਕੀ ਬੱਚੇ ਨੇ ਬੱਚਿਆਂ ਦੇ। ਬੱਚੇ ਕਿੱਥੇ ਨੇ? ਬੱਚੇ ਉਧਰ ਖੜੇ ਨੇ, ਉਹ ਬਾਈ ਲੈ ਕੇ ਖੜਾ ਹੈ ਬੇਟਾ। ਅੱਛਾ, ਉਹ ਕਿੰਨੇ ਕਿੰਨੇ ਦੂਰ ਹੈਗੇ ਨੇ ਬੱਚੇ? ਉਹ ਵਾਵਾ ਦੂਰ ਹਨ ਕੱਲ। ਅੱਛਾ, ਤੇ ਇਹ ਬੱਚੀਆਂ ਨੇ ਸਾਰੀਆਂ? ਬੱਚੀਆਂ ਅਲੱਗ ਵੇਚ ਦਿਓ। ਬੱਚੇ ਲੈ ਦੇ। ਅੱਛਾ, ਇਹ ਜਿਹੜੀ ਬੱਚਾ ਸਾਹਮਣੇ ਖੜੀ ਹੈ, ਹਾਂਜੀ, ਇਹਦੀ ਉਮਰ ਕਿੰਨੀ ਕਾ? ਇਹ ਤਾਂ 6-7 ਮਹੀਨੇ ਦੀ ਲੱਗਦੀ ਮੈਨੂੰ। ਹਾਂ, ਇਹ ਹੀ ਹੋਣੀ। ਅੱਛਾ, ਤੇ ਇਹਦੀ ਕੀ ਡਿਮਾਂਡ ਹੈ ਇਸ ਬੱਚੀ ਦੀ? ਇਹ ਮੁੜ ਤਾਂ 55,000 ਕੀਤੀਆਂ ਨੇ। ਹੈ? 55,000 ਰੁਪਏ। 55,000 ਜੀ। ਲੱਗਿਆ ਕਿੰਨਾ? ਚਲੋ, ਠੀਕ ਹੋ ਗਿਆ ਸਰ, ਬੜੀ ਮਿਹਰਬਾਨੀ, ਸ਼ੁਕਰੀਆ। ਦੋਸਤੋ, ਦੇਖ ਸਕਦੇ ਹੋ ਤੁਸੀਂ, ਅਸੀਂ ਇੱਕ ਹੋਰ ਜਗ੍ਹਾ ਤੇ ਆਏ ਹਾਂ ਔਰ ਉਹਨਾਂ ਨੂੰ ਪੁੱਛਦੇ ਹਾਂ ਵਪਾਰੀਆਂ ਨੂੰ ਕਿ ਇਹਨਾਂ ਜਾਨਵਰਾਂ ਦਾ ਕੀ ਰੇਟ ਸ਼ੇਟ ਆ ਔਰ ਕੀ ਉਮਰ ਵਜ਼ਨ ਦਾ ਕੀ ਹਿਸਾਬ ਹੈ। ਸਲਾਮ ਅਲੈਕੁਮ ਸਰ। ਵਾਲੇਕੁਮ ਸਲਾਮ ਸਰ। ਕੀ ਨਾਮ ਆਪਣਾ? ਉਮਰ ਦਰਾਜ਼। ਉਮਰ ਦਰਾਜ਼। ਅੱਛਾ ਸਰ, ਕਿਹੜੀ ਨਸਲ ਦਾ ਬੱਚਾ ਸਾਹਮਣੇ ਖੜਾ? ਇਹ ਸਾਹਮਣੇ ਸਹਿਵਾਲ ਖੜਿਆ ਜੀ। ਸਾਰੇ ਸਹਿਵਾਲ ਦੇ ਨੇ? ਸਾਰੇ ਟੋਟਲ ਸਹਿਵਾਲ। ਅੱਛਾ, ਇਸ ਬੱਚੇ ਦੀ ਉਮਰ ਕਿੰਨੀ ਹੋਏਗੀ? ਇਸ ਬੱਚੇ ਦੀ ਉਮਰ 2 ਸਾਲ ਹੋਏਗੀ। ਇਹਦੇ ਦੰਦ ਕਿੰਨੇ ਨੇ? ਖੀਰਾ ਹੈ ਜੀ। ਖੀਰਾ। ਵਜ਼ਨ ਕਿੰਨਾ ਹੋਏਗਾ? ਵਜ਼ਨ ਇਹਦਾ 2.5 ਤੋਂ 4.25 ਮਣ। 4.25 ਮਣ। ਤੇ ਇਹਦੀ ਕੀ ਕੀਮਤ ਕੀ ਮੰਗ ਰਹੇ ਹੋ? 85 ਮੰਗ ਰਹੇ ਹਾਂ ਜੀ। ਇਹਦਾ 85,000? 85 ਲੱਗਿਆ ਕਿੰਨਾ? ਹੈ, ਅਜੇ ਕੋਈ ਰੇਟ ਮੁਫਤ ਲੇਟ ਰੇਟ 65-64 ਲੱਗਦਾ। ਅੱਛਾ, ਅਗਲੀ ਸਾਈਡ 'ਤੇ ਆ ਜਾਓ ਜ਼ਰਾ। ਇਹ ਇਹ ਜਿਹੜਾ ਮਾਸ਼ਾਅੱਲਾ ਬੜਾ ਹੀ ਤੇਰਾ ਪਿਆਰਾ ਬੱਚਾ ਯਾਰ, ਬੱਚੇ ਜੋੜੀ ਬੜੀ ਪਿਆਰੀ ਆ। ਅੱਛਾ, ਇਸ ਬੱਚੇ ਦਾ ਕੀ ਮੰਗ ਰਹੇ ਆ? ਰੇਟ ਇਹਦਾ ਹੀ ਉਨਾ ਹੈ। ਇਹਦਾ ਵੀ ਉਨਾ ਹੀ? ਇਹ ਵੀ ਸਹਿਵਾਲ ਹੈ? ਇਹ ਵੀ ਸਹਿਵਾਲ। ਵਜ਼ਨ ਵੀ ਉਨਾ ਹੀ ਹੈ ਤਕਰੀਬਨ? ਵਜ਼ਨ ਵੀ ਉਨਾ, ਉਹਦੇ ਨਾਲ 10 ਕਿਲੋ ਵੱਧ ਹੋਊਗਾ। ਵੱਧ ਹੀ ਹੋਏਗਾ। ਨਹੀਂ, ਮਾਸ਼ਾਅੱਲਾ ਤੇਰੇ ਬੜੇ ਪਿਆਰੇ ਬੱਚੇ ਨੇ। ਅੱਛਾ, ਤੇ ਇਹ ਜਿਹੜਾ ਬੱਚਾ,
ਇਹ ਕੁਛ ਮੈਨੂੰ ਛੋਟਾ ਲੱਗਦਾ ਇਹ ਥੋੜਾ ਜਿਹਾ ਛੋਟਾ ਵਿੱਚ ਮੁਫਤ ਲੈ ਫਰੇਟ ਦੇਣੇ ਅੱਛਾ ਇਹਦਾ ਕੀ ਰੇਟ ਆ ਇਹਦਾ ਰੇਟ 65,000 ਹੈ 65,000 ਫਾਈਨਲ 65 ਲੱਗਿਆ ਕਿ ਲੱਗਿਆ ਕਿੰਨਾ ਲੱਗਿਆ 50 52 53 ਖੀਰਾ ਖੀਰਾ ਠੀਕ ਹੋ ਗਿਆ ਤੇ ਇਹ ਜਿਹੜਾ ਅਗਲਾ ਆ ਗਿਆ ਆ ਲਾਲ ਕਾਲਾ ਆ ਇਹ ਵੀ ਸਹੀ ਹਾਂ ਇਹ ਵੀ ਸਾਹੀਵਾਲ ਨੇ ਸਾਹੀਵਾਲ ਇਹਨਾਂ ਦੇ 80-80 ਮੰਗਦੇ ਨੇ ਅੱਛਾ ਇਹ ਇਹਦਾ ਕੀ ਮੰਗਦੇ ਆ 80-80 80-80 ਦੋਵਾਂ ਦਾ ਦੋਵਾਂ ਦਾ ਤੇ ਲੱਗਿਆ ਕਿੰਨਾ ਕਿੰਨਾ ਹੈ ਇਹ 60 2 ਘੜ 60 60 ਮੰਡੀ ਅੱਜ ਤਿੱਖੀ ਆ ਜਾਂ ਮੱਠੀ ਆ ਅੱਜ ਮੱਠੀ ਆ ਕੁਝ ਅੱਛਾ ਸਹੀ ਚਲੋ ਠੀਕ ਹੋ ਗਿਆ ਬੜੀ ਮਿਹਰਬਾਨੀ ਆਪਣਾ ਨੰਬਰ ਦੇਣਾ ਤੁਸੀਂ 0305 ਹਾਂ ਬੋਲੋ 2031 086 ਠੀਕ ਹੋ ਗਿਆ ਸਰ ਬੜੀ ਮਿਹਰਬਾਨੀ ਸ਼ੁਕਰੀਆ